ਅਨਾਉਂਸ ਕੀਤੇ ਆ ਪਰ ਇਹ ਕਿ 5 ਲੱਖ ਕਿਸ ਕੰਮ ਦਾ ਜਾਣੀ ਕਿ ਤੇ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ 50,000 ਲੇਕਿਨ ਮੇਰਾ ਛੋਟਾ ਭਾਈ ਜੀਰਾ ਉਹ ਕਹਿੰਦਾ ਜੀ ਚਾਹੇ 50 ਲੱਖ ਲੱਗ ਜਾਵੇ ਪਰ ਅਸੀਂ ਇਲਾਜ ਬਹੁਤ ਹੀ ਚੰਗਾ ਕਰਾਵਾਂਗੇ ਤੇ ਅਸੀਂ ਇਹਨਾਂ ਦੇ ਦੁੱਖ 'ਚ ਇਸ ਬੋਝ ਨੂੰ ਥੋੜ੍ਹਾ ਹਲਕਾ ਕਰ ਸਕਦੇ ਹਾਂ ਇਸ ਕਰਕੇ ਇਹ ਵਰਕਰ ਸਾਡੀ ਆਨ ਬਾਨ ਸ਼ਾਨ ਹੈ ਇਹਦੇ ਸਹਾਰੇ ਹੀ ਅਸੀਂ ਕਿਸੇ ਵੀ ਲੜਾਈ ਦੇ ਵਿੱਚ ਉਤਰਦੇ ਹਾਂ ਸਰ ਕਿੰਨਾ ਵੱਡਾ ਕਟਾ ਹੋਇਆ ਜੀ ਬਹੁਤ ਵੱਡਾ ਅਸਹਿ ਅਸਹਿ ਔਰ ਅਕਹਿ ਜਿਹਦੀ ਭਰਪਾਈ ਨਹੀਂ ਹੋ ਸਕਦੀ ਇਟ ਇਜ਼ ਐਨ ਇਰਰਿਪੇਰੇਬਲ ਲੌਸ ਅਤੇ ਮੈਂ ਅੰਦਰ ਦੇਖਿਆ ਮਤਲਬ ਇਹਦੇ ਬਾਰੇ ਹੁਣ ਦੇਖੋ ਕਈ ਵਾਰ ਰੱਬ ਦੀ ਰਜ਼ਾ 'ਚ ਰਾਜ਼ੀ ਰਹਿਣਾ ਪੈਂਦਾ ਬਸ ਨਹੀਂ ਚੱਲਦਾ ਬਾਕੀ ਪਰਮਾਤਮਾ ਉਹਨਾਂ ਪਰਿਵਾਰਾਂ ਨੂੰ ਤਾਕਤ ਦੇ ਕਿ ਉਹ ਇਸ ਵਿਛੋੜੇ ਨੂੰ ਸਹਿ ਸਕਣ ਸਰ ਕਿੰਨੇ ਅਨਾਉਂਸ ਕੀਤੇ ਰਾਸ਼ੀ ਸਰ ਕਿੰਨੇ ਟੋਟਲ ਵਰਕਰ ਕਿੰਨੇ ਆ ਤੇ ਕਿੰਨੇ ਟੋਟਲ ਵੇਖੋ ਵੇਖੋ ਤਿੰਨ ਦੀ ਟੋਟਲ 40 ਦੇ ਕਰੀਬ ਸੀਗੇ ਤਿੰਨ ਦੀ ਡੈਥ ਹੋਈ ਹੈ ਬਾਕੀ ਜਿਹੜੇ ਆ 17 ਦੇ ਕਰੀਬ ਜਿਹੜੇ ਆ ਕਿ ਜਿਨ੍ਹਾਂ ਦੇ ਵਿੱਚੋਂ ਸਰਦਾਰ ਛਪਾਲ ਸਿੰਘ ਜੀ ਜਿਹੜੇ ਕਿ ਇੱਥੇ ਜ਼ਿਆਦਾ ਸੀਰੀਅਸ ਨੇ ਔਰ ਬਾਕੀ ਜਿਹੜੇ ਮੋਗਾ ਔਰ 4 ਜਿਹੜੇ ਨੇ ਉਹ ਅਮਨਦੀਪ ਹਸਪੀਟਲ ਜਿਨ੍ਹਾਂ ਦਾ ਉੱਥੋਂ ਇਲਾਜ ਚੱਲ ਰਿਹਾ ਬਿਲਕੁਲ ਗੱਲ ਕਰਾਂਗਾ ਮੈਂ ਔਰ ਉੱਥੇ ਅਮਨਦੀਪ ਹਸਪੀਟਲ ਬਹੁਤ ਅੱਛਾ ਹਸਪੀਟਲ ਹੈ ਔਰ ਬੜੇ ਅੱਛੇ ਸਪੈਸ਼ਲਿਸਟ ਦੇ ਹੱਥਾਂ ਦੇ ਵਿੱਚ ਹੈ ਜਿਹੜਾ ਉੱਥੇ ਜਾਂਦਾ ਹੈ ਉਹਦਾ ਬਹੁਤ ਖਿਆਲ ਰੱਖਿਆ ਜਾਂਦਾ ਧਿਆਨ ਰੱਖਿਆ ਜਾਂਦਾ ਮੈਂ ਗੱਲ ਕੀਤੀ ਹੈ ਹੁਣ ਗੱਲ ਫੇਰ ਕਰਨ ਲੱਗਿਆ ਅਤੇ ਉਹ ਜਿੰਨਾ ਕੁ ਅਸੀਂ ਡੈਮੇਜ ਕੰਟਰੋਲ ਕਰ ਸਕਦੇ ਹਾਂ ਉਹ ਕਰਾਂਗੇ ਸਬਸਕ੍ਰਾਈਬ ਟੂ ਆਵਰ ਯੂਟਿਊਬ ਚੈਨਲ ਨਿਊਜ਼ DNN ਬਾਈ ਕਲਿਕਿੰਗ ਦ ਬੈਲ ਆਈਕਨ ਡੋਂਟ ਫੋਰਗੇਟ ਟੂ ਲਾਈਕ ਕਮੈਂਟ ਐਂਡ ਸ਼ੇਅਰ